ਅਕਾਲੀ ਦਲ ਲਗਾਤਾਰ ਸਤਾਤਿਰ ਕਾਂਗਰਸ ਦੇ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾ ਰਹੀ ਹੈ। ਇਸੇ ਚੱਲਦੇ ਰਾਮਪੁਰਾ ਫੂਲ ਦੇ ਪਿੰਡ ਸਲਬਤਪੁਰਾ ਅਤੇ ਕਾਂਗੜ ਭਾਈ ਰੂਪਾ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਬੂਥ ਕੈਪਚਰ ਦੇ ਇਲਜ਼ਾਮ ਲਗਾਏ ਨੇ, ਜਿਸਦੇ ਚੱਲਦਿਆਂ ਅਕਾਲੀ ਦਲ ਦੇ ਨੇਤਾ ਸਿਕੰਦਰ ਸਿੰਘ ਮਲੂਕਾ ਨੇ ਭਗਤਾ ਬਰਨਾਲਾ ਰੋਡ ਤੇ ਜਾਮ ਲਗਾ ਦਿੱਤਾ। ਸਿਕੰਦਰ ਸਿੰਘ ਮਲੂਕਾ ਇੱਥੇ ਆਪਣੇ ਸਮਰਥਕਾਂ ਦੇ ਨਾਲ ਧਰਨਾ ਦੇ ਰਹੇ ਨੇ, ਜਿਨ੍ਹਾਂ ਨੇ ਕਾਂਗਰਸੀ ਵਰਕਰਾਂ ਤੇ ਬੂਥ ਕੈਪਚਰ ਦੇ ਗੰਭੀਰ ਇਲਜ਼ਾਮ ਲਗਾਏ ਨੇ। ਸਾਨੂੰ ਪਹਿਲਾਂ ਹੀ ਪਤਾ ਸੀ, ਇਸ ਕਰਕੇ ਅਸੀਂ ਤਿੰਨ ਪਿੰਡਾਂ ਵਾਲੇ ਕਾਂਗਰਸ ਦੇ ਵਰਕਰ ਪਹਿਲਾਂ ਹੀ ਕਹੀ ਜਾਂਦੇ ਸੀ ਕਿ ਇੱਥੇ ਤਾਂ ਅਸੀਂ ਕਰਨਾ ਹੀ ਕਰਨਾ, ਸਾਨੂੰ ਵਜ਼ੀਰ ਸਾਹਿਬ ਦਾ ਹੁਕਮ ਹੈ। ਇੱਕ ਕਾਂਗੜ ਉਹਦਾ ਆਪਦਾ ਹੀ ਪਿੰਡ ਹੈ, ਇੱਕ ਸਲਾਦਪੁਰਾ ਉਹਦੇ ਪਿੰਡ ਦੇ ਨਾਲ ਹੀ ਲੱਗਦਾ ਅਤੇ ਅਗਲਾ ਪਿੰਡ ਭਾਈ ਰੂਪਾ, ਤਿੰਨ ਪਿੰਡ ਕੋਲੋਂ ਕੋਲ ਹੀ ਨੇ। ਇਹ ਤਿੰਨ ਪਿੰਡਾਂ 'ਚ ਇਹਨਾਂ ਨੂੰ ਲੱਗਦਾ ਸੀ ਕਿ ਸਾਡੀ ਹਾਲਤ ਪਤਲੀ ਹੈ, ਅਸੀਂ ਹਾਰ ਜਾਂਗੇ ਪਿੰਡ ਦੇ ਵਿੱਚ। ਆਪਦੇ 'ਚ ਡਰਬੜਾ ਹੁੰਦਾ MLA ਨੂੰ ਜਾਂ ਵਜ਼ੀਰ ਨੂੰ, ਜਿਹੜਾ ਵੀ ਲੀਡਰ ਹੋਵੇ। ਸੋ ਅਸੀਂ ਪਹਿਲਾਂ ਹੀ ਪਰਸੋਂ ਹੀ ਲਿਖ ਕੇ ਸ਼ਿਕਾਇਤਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਤੀਆਂ ਸੀ, DC ਨੂੰ ਵੀ, SSP ਨੂੰ ਵੀ ਪਾਤੀਆਂ ਸੀ। ਕੱਲ੍ਹ ਫਿਰ ਅਸੀਂ ਸਾਰਾ ਕਰੜਾ ਹੋ ਕੇ DC SSP ਇਲੈਕਸ਼ਨ ਕਮਿਸ਼ਨ ਨੂੰ ਦੱਸਦਾ ਸੀ ਕਿ ਜੀ ਇੱਥੇ ਕੁਛ ਹੋਊਗਾ, ਇੱਥੇ ਫੋਰਸ ਵਧਾ ਦਿਓ, ਬਾਕੀ ਭਾਵੇਂ ਪਿੰਡਾਂ 'ਚ ਘਟਾ ਲਓ, ਬਾਕੀ ਪਿੰਡਾਂ 'ਚ ਕੋਈ ਰੌਲਾ ਨਹੀਂ ਪੈਣਾ ਬਹੁਤਾ। ਉਹ ਕਹਿੰਦੇ ਜੀ ਬੇਫਿਕਰ ਹੋ ਜਾਓ, ਤੁਸੀਂ ਚਿੜੀ ਨਹੀਂ ਫੜਕਣ ਦਿੰਦੇ, ਸਾਡੀ ਜ਼ਿੰਮੇਵਾਰੀ ਹੈ। ਮੈਨੂੰ ਕਿਹਾ ਵੀ ਸਾਡੀ ਜ਼ਿੰਮੇਵਾਰੀ ਹੈ, ਚਿੜੀ ਨਹੀਂ ਫੜਕਣ ਦਿੰਦੇ। ਸੋ ਅੱਜ ਤੜਕੇ ਹੀ 8 ਵਜੇ ਪਹਿਲਾਂ ਕਾਂਗੜ ਪਿੰਡ ਆਉਂਦੇ ਹੀ ਕਾਂਗਰਸ ਦੇ ਵਰਕਰ ਸਾਡੇ ਵਰਕਰਾਂ ਨੂੰ ਅੰਦਰ ਗਾਲਾਂ ਕੱਢ, ਧੱਕੇ ਮਾਰ ਵੀ ਨਿਕਲ ਜਾਓ, ਨਹੀਂ ਤਾਂ ਇੱਥੋਂ ਡਾਂਗਾਂ ਨਾ ਕੱਢਾਂਗੇ, ਨਹੀਂ ਨਿਕਲ ਜਾਓ। 200 ਬੰਦਾ ਬਾਹਰੋਂ ਲਿਆਈ ਬੈਠੇ ਆ, ਗੋਰੇ ਦੇ ਘਰੇ ਬੈਠੇ ਆ, ਸਾਧੂ ਸੋਨੇ ਮੁੰਡੇ ਦੇ ਡਾਂਗਾਂ ਨਾਲ ਗੱਡੀਆਂ ਭਰੀਆਂ ਖੜੀਆਂ, ਜਾ ਕੇ ਭਾਵੇਂ ਚੈੱਕ ਕਰ ਲਓ ਤੁਸੀਂ, ਕਾਲੀ ਸੂਮੋ 'ਚ ਕੋਈ 100 ਡਾਂਗ ਪਈ ਹੈ। ਸੋ ਬੰਦਾ ਲਿਆਈ ਬੈਠਿਆ ਬਾਹਰੋਂ ਬੰਦੇ ਲਿਆਉਣ ਦੀ ਫਿਰ ਕੀ ਲੋੜ ਆ, ਇੰਨੇ ਬੰਦੇ ਬਾਹਰੋਂ ਇਕੱਠ ਕਰਨ ਦੀ ਕੀ ਲੋੜ ਆ। ਉਹ ਲਿਆਈ ਬੈਠੇ ਅਤੇ ਮਾਰ ਮਾਰ ਧੱਕੇ ਸਾਡੇ ਬੰਦੇ ਉੱਥੋਂ ਭਜਾ ਤੇ ਪੋਲਿੰਗ ਤੋਂ। ਦੈਨਿਕ ਸਵੇਰਾ ਲਈ ਰਾਮਪੁਰਾ ਫੂਲ ਤੋਂ ਅੰਕੁਸ਼ ਮਹਾਜਨ ਦੀ ਰਿਪੋਰਟ।